ਦਿਲ ਦੀ ਆ ਖਾਹਿਸ਼ ਹੈ ਯੂਰਪ ਜਾਣਾ ਹੈ ਯੂਰਪ ਦੀ ਬਸ ਘਰ ਆਇਆ ਆ ਕੇ ਡੰਕੀ ਨਹੀਂ ਲਾਣੀ ਬਾਈ ਯਾਰ ਜਾਣਾ ਲੀਗਲ ਤਰੀਕੇ ਨਾਲ ਜਾਣਾ ਦੱਸੋ ਤੁਸੀਂ 3200 ਰਿਆਲ ਤੋਂ ਉੱਥੇ ਸੈਰੀ ਜਾ ਕੇ ਲੈਣੀ ਹੈ ਤੇ ਜਨਾਬ 35 ਲੱਖ ਰੁਪਈਆ ਲਾਉਂਦੇ ਹੋ ਪਏ ਅਗਰ 10 ਲੱਖ ਰੁਪਈਆ ਤੁਸੀਂ ਇੱਥੇ ਲਾ ਕੇ 20 ਲੱਖ ਦਾ ਕਾਰੋਬਾਰ ਕਰੋਗੇ ਤੁਸੀਂ ਕਾਰੋਬਾਰੀ ਬਣ ਜਾਓਗੇ ਉੱਥੇ ਜਾ ਕੇ ਤੁਹਾਨੂੰ ਮਜ਼ਦੂਰ ਬਣਨਾ ਲੀਗਲ ਤਰੀਕੇ ਨਾਲ ਯਾਨੀ ਪਾਕਿਸਤਾਨ ਤੋਂ ਇੱਥੇ ਆਏ ਹੋ ਪਾਕਿਸਤਾਨ ਇੱਥੇ ਆਏ ਹਾਂ ਤੇ ਅੱਗੋ ਯੂਰਪ ਵਾਸਤੇ ਅਪਲਾਈ ਕਰਨਾ ਯੂਰਪ ਵਾਸਤੇ ਇੱਥੋਂ ਵੀਜ਼ਾ ਲੈਣਾ ਵਰਕ ਪਰਮਿਟ ਲੈਣਾ ਕਿਉਂਕਿ ਇੱਥੇ ਅਪਾਇੰਟਮੈਂਟ ਜਲਦੀ ਲੱਭ ਜਾਂਦੀ ਹੈ ਲੇਕਿਨ ਇੱਥੇ ਮੇਰੇ ਸੈਲਰੀ ਸਟੇਟਮੈਂਟ ਬਣਾ ਕੇ ਜਾਣੀ ਹੈ ਉਂਝ ਤੇ ਨਹੀਂ ਜਾ ਸਕਦੇ ਹਾਂ ਸਟੇਟਮੈਂਟ 6 ਮਹੀਨੇ ਹੁਣ ਬਣ ਰਹੀ ਹੈ ਨਾਲ ਨਾਲ ਅੱਛਾ ਸਟੇਟਮੈਂਟ ਬਣਾ ਰਹੇ ਹਾਂ ਯਾਨੀ ਉਹਨਾਂ ਆਪਣਾ ਅਕਾਊਂਟ ਵਗੈਰਾ ਕਫੀਲ ਦਾ ਜੇ ਤੁਹਾਡਾ ਕੋ ਬਣਵਾਇਆ ਹੋਣਾ ਸੈਲਰੀ ਅਕਾਊਂਟ ਤੇ ਬਾਕੀ ਉਹਨਾਂ ਕੋਈ ਬੰਦੇ ਛੱਡੇ ਨੇ ਜਿਹਦੇ ਵਿੱਚ ਅਕਾਊਂਟ 'ਚ ਪੈਸੇ ਆਉਂਦੇ ਨੇ ਆਪੇ ਕਢਾ ਰਹੇ ਨੇ ਆਪੇ ਲਿਆ ਰਹੇ ਨੇ ਸਾਰਾ ਸਿਸਟਮ ਸਹੀ ਉਹ ਸਟੇਟਮੈਂਟ ਬਣਾਉਂਦੇ ਨੇ ਕੋਈ ਸਟੇਟਮੈਂਟ ਬਾਕੀ ਵਰਕ ਵੀਜ਼ਾ ਵਾਸਤੇ ਕੋਈ ਨਹੀਂ ਹੁੰਦੀ ਤੁਸੀਂ ਵਰਕ ਵੀਜ਼ਾ ਚਾਹੀਦਾ ਤੁਹਾਨੂੰ ਵਰਕ ਪਰਮਿਟ ਪੁਰਤਗਾਲ ਦਾ ਦੇ ਰਿਹਾ ਸਾਨੂੰ ਪੈਸੇ ਕਿੰਨੇ ਲਏ ਪੈਸੇ ਅਜੇ ਤੱਕ ਨਹੀਂ ਦਿੱਤੇ ਪਹੁੰਚ ਕੇ ਦੇਣੇ ਤੇ 35 ਲੱਖ ਰੁਪਏ 'ਚ 35 'ਚ ਤੁਹਾਨੂੰ ਪਤਾ ਤੇ ਸੈਲਰੀ ਐਵਰੇਜ ਕੀ ਹੈ ਸੈਲਰੀ 1000 ਯੂਰੋ ਦੱਸਿਆ ਸੀ ਕਿੰਨੇ ਆਖਿਆ ਉਸੇ ਦੱਸਿਆ ਜਿਸ ਕੰਪਨੀ ਜਾਣਾ ਕੰਪਨੀ ਦੇ ਵੀਜ਼ਾ ਪਹਿਲੇ ਨੰਬਰ ਤੇ ਗੱਲ ਅਗਰ ਕੰਪਨੀ ਦਾ ਵਰਕ ਪਰਮਿਟ ਵੀਜ਼ਾ ਹੈ ਨਾ ਤੁਹਾਡੀ 700 ਤੋਂ ਲੱਗ ਕੇ 800 ਤੱਕ ਜਿਹੜਾ ਨਾ ਯੂਰੋ ਵੀਜ਼ਾ ਤਨਖਾਹ ਹੋਣੀ ਹੈ ਠੀਕ ਹੈ ਨਹੀਂ 700-800 1000 ਰੁਪਈਆ ਜੇ ਅਗਰ ਦੱਸੀਏ ਨਾ ਅਗਰ 800 ਰੁਪਈਆ 1000 ਰੁਪਈਆ ਹੋਵੇ ਨਾ ਤਾਂ ਬਹੁਤ ਜ਼ਿਆਦਾ ਸੈਲਰੀ ਹੈ ਲੇਕਿਨ ਮੇਰੇ ਖਿਆਲ ਨਾਲ ਉਹ 800 ਤੋਂ ਜ਼ਿਆਦਾ ਸੈਲਰੀ ਨਹੀਂ ਹੋਣੀ ਵਰਕ ਪਰਮਿਟ ਔਰ ਦੂਸਰੇ ਨੰਬਰ ਤੇ ਗੱਲ ਇਹ ਵੀ ਕਿ ਜੇਕਰ ਤੁਸੀਂ 800 ਰੁਪਈਆ ਉੱਥੇ ਸੈਲਰੀ ਲੈਣੀ ਹੈ ਨਾ ਤੇ 800 ਦਾ ਤੁਸੀਂ ਇੱਥੇ ਰਿਜ਼ਰਵ ਦਿਓ ਕਿਹੜੇ ਬੰਦੇ ਨੇ 800 ਦਾ 3200 ਰਿਆਲ 3320 ਦਿਰਹਮ ਦਿਨਾਰ ਠੀਕ ਹੈ ਅਗਰ ਸਾਊਦੀ ਰਿਆਲ ਦੀ ਗੱਲ ਕਰੋ ਤਾਂ 3200 ਰਿਆਲ ਬਣਦਾ ਮੈਨੂੰ ਦੱਸੋ ਤੁਸੀਂ 3200 ਰਿਆਲ ਤੋਂ ਉੱਥੇ ਸੈਲਰੀ ਜਾ ਕੇ ਲੈਣੀ ਹੈ ਤੇ ਜਨਾਬ 35 ਲੱਖ ਰੁਪਈਆ ਲਾਉਂਦੇ ਹੋ ਪਏ ਅਗਰ 10 ਲੱਖ ਰੁਪਈਆ ਤੁਸੀਂ ਇੱਥੇ ਲਾ ਕੇ 20 ਲੱਖ ਦਾ ਕਾਰੋਬਾਰ ਕਰੋਗੇ ਤੁਸੀਂ ਕਾਰੋਬਾਰੀ ਬਣ ਜਾਓਗੇ ਉੱਥੇ ਜਾ ਕੇ ਤੁਹਾਨੂੰ ਮਜ਼ਦੂਰ ਬਣਨਾ ਇਹ ਉੱਥੇ ਪਾਕਿਸਤਾਨ ਸੋਚਿਆ ਹੈ ਜਾਂ ਨਹੀਂ ਸੋਚਿਆ ਕਿ ਖਾਬ ਵੇਖਿਆ ਕਿ ਯੂਰਪ ਜਾਣਾ ਖਾਬ ਹੀ ਹੈ ਯੂਰਪ ਦਾ ਆਉਣਾ ਯੂਰਪ ਜਾਣਾ ਬਸ ਮਿਸ਼ਨ ਹੀ ਯੂਰਪ ਦਾ ਅੱਛਾ ਮਿਸ਼ਨ ਯੂਰਪ ਦਾ ਯਾਨੀ ਦਿਲ ਦੀ ਆ ਖਾਹਿਸ਼ ਹੈ ਯੂਰਪ ਜਾਣਾ ਯੂਰਪ ਦੀ ਬਸ ਘਰ ਆਇਆ ਕਿ ਡੰਕੀ ਨਹੀਂ ਲਾਣੀ ਬਾਈ ਯਾਰ ਜਾਣਾ ਲੀਗਲ ਤਰੀਕੇ ਨਾਲ ਜਾਣਾ ਕਿਹੜੀ ਪ੍ਰਾਦੀ ਨੇ ਤਲਕ ਰੱਖਦੇ ਹੋ ਮੰਡੀ ਬਾਬਲ ਦੀ ਮੰਡੀ ਬਾਬਲ ਜੱਟ ਖੋਖਰ ਠੀਕ ਹੋ ਗਿਆ ਚਲੋ ਅੱਲਾਹ ਤਾਲਾ ਇਜ਼ਾਤ ਤੁਹਾਨੂੰ ਕਾਮਯਾਬ ਕਰੇ ਯਾਰ ਦੋ ਸਾਰੇ ਯੂਰਪ ਟੁਰ ਗਏ ਨਾ ਤੇ ਉਹ ਉੱਥੋਂ ਫੋਨ ਕਰਕੇ ਰਦਾਂਦੇ ਹੁਣ ਨਾ ਕਿ ਯੂਰਪ ਵਿੱਚ ਐਂ ਜੇ ਵੀਡੀਓ ਛੋਟੇ ਕਲਾਂ ਬਣਾਉਂਦੇ ਹੁਣ ਨੇ ਆਂਦੇ ਨਾ ਜਾਓ ਵੀਡੀਓ ਕੀ ਸਾਫ ਜੋਬਾਂ ਪੈਂਟਾਂ ਸ਼ਰਟਾਂ ਪਾਈਆਂ ਨੇ ਬਾਹਰ ਬਾਹਰ ਨਿਕਲਦੇ ਨੇ ਬਿਲਡਿੰਗਾਂ ਸ਼ਿਲਡਿੰਗਾਂ ਵਹਾਉਂਦੇ ਹੋਣੇ ਨੇ ਆਹੋ ਇੰਜ ਹੀ ਹੈ ਮੇਰੇ ਕੋਲ ਸ਼ਿੰਜਨ ਦਾ ਵੀਜ਼ਾ ਲੱਗੇ ਆ ਮੈਂ ਸਾਰੇ ਯੂਰਪ ਚ ਕਿਸੇ ਵੀ ਮੁਲਕ ਜਾਣਾ ਵਾ ਜਾ ਸਕਦਾ ਕੈਨੇਡਾ ਵਾਸਤੇ ਅਪਲਾਈ ਕਰ ਲਵਾਂਗਾ ਹਾਂ ਛੱਡ ਛੜਿਆ ਸਿਰਫ ਕਿਸ ਕਰਕੇ ਕਿਉਂਕਿ ਮੈਂ ਭੇਤੀ ਹਾਂ ਤੁਸੀਂ ਭੇਤੀ ਦੇ ਤੁਸੀਂ ਹੁਣ ਗੱਲ ਕਰ ਲਈ ਚਲੋ ਤੁਸੀਂ ਜਾਓ ਸਾਰੀ ਗੱਲ ਹੈ ਸਾਰੇ ਮਾਮਲਾ ਧੋਣੇ ਨੇ ਅਲੂਰੀ ਅੱਲਾ ਨੇ ਤੁਹਾਡਾ ਉੱਥੇ ਰੋਜ਼ੀ ਰੋਟੀ ਰੱਖੇ ਆ ਚਲੋ ਅੱਲਾ ਤਾਲਾ ਜ਼ਾਤ ਜਿਹੜਾ ਨਾ ਆਪਣਾ ਆਸਾਨੀਆਂ ਪੈਦਾ ਕਰੇ ਤੇ ਇਹ ਜਿਹੜਾ ਇੱਥੇ ਲੇਬਰ ਕਰਦੇ ਆ ਮਤਲਬ ਕਿ ਲੇਬਰ ਦਾ ਜਿਹੜਾ ਕੰਮ ਕਰਦੇ ਪਏ ਇਹਦਾ ਕੀ ਰਾਜ਼ ਹੈ ਵੈਰੀ ਗੁੱਡ ਜ਼ਿੰਮੇਵਾਰ ਬੰਦਾ ਨਾ ਮਾਸ਼ਾਅੱਲਾ 10 ਦਿਹਾੜੀਆਂ ਲਾ ਲਈ ਦਿਨ 15 ਮਹੀਨੇ ਲਾ ਲਈ ਜੀ ਅੱਛਾ ਨਾਲੇ ਜਿਸਮ ਮਜ਼ਬੂਤ ਰਹਿੰਦਾ ਨਾ ਐਕਸਰਸਾਈਜ਼ ਦੀ ਐਕਸਰਸਾਈਜ਼ ਹੋ ਜਾਂਦੀ ਹੈ ਟੈਨਸ਼ਨ ਨਹੀਂ ਬਣੀ ਰਹਿੰਦੀ ਇੱਥੇ ਦਿਨ ਚੰਗਾ ਗੁਜ਼ਰ ਜਾਂਦਾ ਹਾਂ ਵੈਰੀ ਗੁੱਡ
ਚਲੋ ਜੀ, ਲੜਕਾ ਮਾਸ਼ਾਅੱਲਾ ਬੜਾ ਸਮਝਦਾਰ ਹੈ, ਤੇਰੇ ਨਾਲ ਗੱਲਬਾਤ ਕਰਕੇ ਬੜਾ ਅੱਛਾ ਲੱਗਾ। ਇਹ ਵੀ ਆਪਣੇ ਚੰਨ ਚਿਰਾਗ ਨੇ ਆਪਣੇ ਘਰਾਂ ਦੇ, ਮਾਸ਼ਾਅੱਲਾ ਅੱਲਾਹ ਤਾਲਾ ਆਜ਼ਾਦ ਸਭ ਨੂੰ ਆਪਣੇ ਇੱਕੋ ਹੀ ਮਾਣ 'ਚ ਰੱਖੇ। ਕਿਹ ਸਾਈਡ 'ਤੇ ਚਿਰਾਗ ਬੈਠੇ, ਇਹ ਤਾਂ ਵਾਕਈ ਬਾਈ ਚਿਰਾਗ ਹੈ। ਚਲੋ ਜੀ, ਸਾਰਿਆਂ ਨਾਲ ਭਾਈਆਂ ਨੇ ਬੜਾ ਅੱਛਾ ਲੱਗਾ ਗੱਲਬਾਤ ਕਰਕੇ, ਅੱਲਾਹ ਤਾਲਾ ਆਜ਼ਾਦ ਸਭ ਦੇ ਰੁਜ਼ਗਾਰ 'ਚ ਐਸਾ ਫਕਰ ਹੈ ਜੀ। ਅੱਲਾਹ ਹਾਫਿਜ਼।